ਇਹ ਤਸਵੀਰਾਂ ਗੁਰੂ ਨਾਨਕ ਮੋਦੀਖਾਨਾ ਸਟੋਰ ਦੀਆਂ ਨੇ ਜਿੱਥੇ ਬਦਮਾਸ਼ਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ, ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ, ਜਿਨ੍ਹਾਂ ਦੇ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਵੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਦੁਕਾਨਦਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਆਏ ਦਿਨ ਫਰੌਤੀ ਦੀਆਂ ਕਾਲਾਂ ਆ ਰਹੀਆਂ ਨੇ ਔਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਔਰ ਉਸੇ ਦਾ ਨਤੀਜਾ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੁਰੂ ਨਾਨਕ ਮੋਦੀਖਾਨਾ ਸਟੋਰ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਵਾਰਦਾਤ ਨੂੰ ਅੰਜਾਮ ਦੇ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਹ ਤਸਵੀਰਾਂ ਹਲਕਾ ਖੇਮ ਕਰਨ ਦੇ ਵਲਟੋਹਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਗੁਰੂ ਨਾਨਕ ਮੋਦੀਖਾਨਾ ਸਟੋਰ ਤੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਦੁਕਾਨਦਾਰਾਂ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ। ਸੜਕ ਜਾਮ ਕਰਕੇ ਉਹਨਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕੋਈ ਗੱਲਬਾਤ ਨਹੀਂ ਹੋਈ, ਸਾਡੀ ਦੁਕਾਨ ਅੱਗੇ ਉਹ ਗੋਲੇ ਪਹੁੰਚ ਗਿਆ। ਪਹਿਲਾਂ ਕੋਈ ਫਰੋਟੀ ਨਾ, ਕੋਈ ਗੱਲ ਨਹੀਂ ਹੋਈ। ਕਿੰਨੇ ਬੰਦੇ? ਪਤਾ ਹੀ ਨਹੀਂ, ਅਸੀਂ ਤਾਂ ਅੰਦਰ ਬੈਠੇ ਕੰਮ ਕਰਨ ਦਾ, ਇਹ ਤਾਂ ਬਾਹਰਲੇ ਲੋਕ ਦੱਸਦੇ ਕਿ ਦੋ ਜਣੇ। ਕਿੰਨੀਆਂ ਗੋਲੀਆਂ ਚੱਲੀਆਂ? 8 ਗੋਲੀਆਂ ਚੱਲੀਆਂ। ਪੌੜੀਆਂ 'ਚ ਵੱਜੀਆਂ? ਪੌੜੀਆਂ 'ਚ ਮਾਰੀਆਂ, ਪੌੜੀਆਂ 'ਚ ਤੇ ਕੰਧ 'ਚ ਵੱਜੀਆਂ। ਬਚਾ ਰਿਹਾ ਇੱਕ? ਕੋਈ ਮਾਮਲਾ, ਕੋਈ ਧਿਆਨ, ਕੋਈ ਪਤਾ ਹੀ ਨਹੀਂ ਕਿਸੇ ਗੱਲ ਦਾ ਆਪਾਂ ਨੂੰ। ਜਿੰਨੇ ਚਲਾਈ ਕਿਸੇ ਨੇ ਫੋਨ ਕੀਤਾ? ਪਤਾ ਹੀ ਨਹੀਂ, ਕੁਛ ਨਹੀਂ ਪਤਾ। ਧਰਨਾ ਫਿਰ ਅੱਜ? ਧਰਨਾ ਪ੍ਰਸ਼ਾਸਨ ਦੇ ਖਿਲਾਫ ਲੱਗਾ ਹੈ ਕਿ ਅੱਜ ਤੋਂ ਪਹਿਲਾਂ ਸਾਡੇ ਅੱਡੇ ਦੇ ਵਿੱਚ 4 ਫਰੌਤੀਆਂ ਦੀ ਮੰਗ ਹੋਈ ਆ, 4 ਗੋਲੀ ਚੱਲੀ ਆ, ਤੇ ਪ੍ਰਸ਼ਾਸਨ ਨੇ ਉਹਨਾਂ 4-5 ਕੇਸਾਂ 'ਚ ਕੁਛ ਨਹੀਂ ਕੀਤਾ। ਉਸ ਡਿਪਾਰਟਮੈਂਟ ਨੇ ਜੇ ਕੁਛ ਕੀਤਾ ਵੀ ਆ ਤਾਂ ਸਾਨੂੰ ਪਬਲਿਕ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਦੂਜੀ ਗੱਲ, ਸਾਡੇ ਸਿਰ 'ਤੇ ਠਾਣਾ ਹੈ, 500 ਮੀਟਰ 'ਤੇ ਠਾਣਾ ਹੈ ਸਾਡੇ ਕੋਲ, ਔਰ ਸਾਡੇ ਚੌਂਕ ਦੇ ਵਿੱਚ ਨਾਕਾ ਨਹੀਂ ਹੈਗਾ। ਦਿਨ ਦਿਹਾੜੇ ਇੱਥੇ ਚੋਰੀਆਂ ਹੁੰਦੀਆਂ। ਅਜੇ 2 ਮਹੀਨੇ ਪਹਿਲਾਂ ਮੇਰੀ ਦੁਕਾਨ ਤੋਂ AC ਲਾ ਕੇ ਲੈ ਗਏ ਆ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤੱਕ ਵੀ ਉਹਨਾਂ ਨੇ ਲਿਖਤ ਵੀ ਨਹੀਂ ਕੀਤੀ, ਜਿਹੜੀ ਮੈਡਮ ਸੀ ਪਹਿਲਾਂ ਇੱਥੇ, ਉਹਨੇ ਲਿਖਤ ਵੀ ਨਹੀਂ ਕੀਤੀ ਕਿ ਸਾਨੂੰ ਨਵਾਂ ਸਿਆਪਾ ਪੈਣਾ, ਇਹਨੂੰ ਉਤਰਾ ਹੀ ਨਿਬੇੜ ਲਓ। ਨਹੀਂ, ਸਾਡੇ ਨਾਲ ਕੋਈ ਗੱਲ ਨਹੀਂ ਹੋਈ ਕਿਸੇ ਦੀ, ਪਤੀ ਦੀ ਕੋਈ ਗੱਲ ਨਹੀਂ ਗੀ। ਮਾਮਲਾ ਜੀ ਵੇਖੋ ਕਿ ਪ੍ਰਸ਼ਾਸਨ ਕੁੰਭ ਕਰਨੇ ਨਹੀਂ ਸੁੱਤਾ ਇੱਥੇ। ਮੁੱਖ ਮੰਤਰੀ ਕਹਿੰਦੇ ਆ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ। ਸਮਝਦਾ ਕਿ ਇੱਥੇ ਛੋਟਾ ਜਿਹਾ ਪਿੰਡ ਹੈ ਵਲਟੋਆ, ਔਰ ਇੱਥੇ ਠਾਣੇ ਦੇ 200 ਮੀਟਰ ਦੇ ਘੇਰੇ ਦੇ ਵਿੱਚ ਹੀ 3-4 ਵਾਰਦਾਤਾਂ ਹੋ ਚੁੱਕੀਆਂ, ਔਰ ਇਹ ਬੜੀ ਚਿੰਤਾ ਦੀ ਗੱਲ ਹੈ। ਪ੍ਰਸ਼ਾਸਨ ਦੇ ਮੌਜੂਦਗੀ ਦੇ ਵਿੱਚ ਦੇਖੋ, ਇਹ ਅਮਨਦੀਪ ਆ, ਮੋਦੀਖਾਨਾ ਦੇ ਨਾਂ 'ਤੇ ਇਹਨਾਂ ਦੀ ਦੁਕਾਨ ਹੈ ਇੱਥੇ ਬਲਟੋਆ ਅੱਡੇ ਦੇ ਵਿੱਚ। ਇਹਨਾਂ ਦੇ ਅੱਜ 2 ਜਿਹੜੇ ਨੌਜਵਾਨ ਆ ਕੇ ਆ, ਉਹ ਫਾਇਰਿੰਗ ਕਰ ਗਏ। ਫਾਇਰਿੰਗ ਦੇ ਸੰਬੰਧ 'ਚ ਅਸੀਂ ਅਮਨਦੀਪ ਦੇ ਬਿਆਨਾਂ ਦੇ ਉੱਤੇ ਜਿਹੜੇ ਰੈਲੇਵੈਂਟ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ। ਇਹਦੀ ਅਸੀਂ ਸੈਂਟੀਫਿਕ ਤਰੀਕੇ ਨਾਲ ਅਤੇ ਆਪਣੀ ਹਰ ਜਿਹੜੀ ਮੈਨੂਅਲ ਤਰੀਕੇ ਨਾਲ ਵੀ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ। ਹਾਂ, ਰੋਸ ਵਜੋਂ ਜਿਹੜੇ ਇੱਥੇ ਚੌਂਕ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਆ, ਇਹਨਾਂ ਨੇ ਧਰਨਾ ਲਾਇਆ। ਇਹਨਾਂ ਨੂੰ ਇਹੋ ਭਰੋਸਾ ਦਿੱਤਾ ਵੀ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ। ਅਤੇ ਮੈਂ ਖੁੱਲ੍ਹੇਆਮ ਜਿਹੜਾ ਇਹਦੇ ਵਿੱਚ ਅਨਾਊਂਸਮੈਂਟ ਕੀਤੀ ਆ ਵੀ ਜਿਹੜੇ ਇੱਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਆ, ਜਿਹੜੇ ਗੋਲੀਆਂ ਚਲਾਉਂਦੇ, ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਅਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਰਿਲੈਕਸੇਸ਼ਨ ਨਹੀਂ ਲੈਣ ਦਿੱਤੀ ਜਾਊਗੀ। ਜੇ ਉਹ ਪੁਲਿਸ ਨਾਲ ਗੋਲੀਆਂ ਚਲਾਉਣਗੇ ਤਾਂ ਪੁਲਿਸ ਵੀ ਬਰਾਬਰ ਗੋਲੀਆਂ ਚਲਾਊਗੀ। ਸੋ ਮੈਂ ਜਿੱਥੇ ਜਿਹੜੇ ਆ ਨੌਜਵਾਨ ਵੀਰ ਨੇ ਜਿਹੜੇ ਬਾਹਰ ਬੈਠੇ ਹੋਏ, ਕੁੱਤੇ ਨੇ ਉਹਨਾਂ ਦੇ, ਮਤਲਬ ਕਿ ਆਖਾਂ ਲੱਗ ਕੇ ਅਤੇ ਗਲਤ ਕੰਮ ਕਰਦੇ ਨੇ, ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਉਣ, ਕਿਉਂਕਿ ਭੁਗਤਣਾ ਉਹਨਾਂ ਨੂੰ ਪੈਂਦਾ ਜਿਹੜੇ ਮੌਕੇ 'ਤੇ ਫੜੇ ਜਾਂਦੇ। ਅਸੀਂ ਕਰ ਰਹੇ ਹਾਂ ਜੀ, ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਿੰਨੀਆਂ ਗੋਲੀਆਂ ਚੱਲੀਆਂ ਸਰ? ਇੱਥੇ ਮੇਰੇ ਖਿਆਲ 6-7 ਗੋਲੀਆਂ ਦੇ ਕਰੀਬ ਜਿਹੜੀ ਫਾਇਰਿੰਗ। ਸ਼ੀਸ਼ੇ 'ਚ ਵੱਜੀਆਂ? ਨਹੀਂ, ਸ਼ੀਸ਼ੇ 'ਚ ਨਹੀਂ, ਪੌੜੀਆਂ ਦੇ ਵਿੱਚ ਵੱਜੀਆਂ। CCTV ਕੋਈ ਆਈ ਸਰ? ਉਹ ਕਰ ਰਹੇ ਜੀ ਚੈੱਕ।